ਸਤਿ ਸ਼੍ਰੀ ਅਕਾਲ ਜੀ, ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਵਿਨਿਤ ਕਪੂਰ। ਕਿਸਾਨਾਂ ਦੀ ਗੱਲ ਕਰੀਏ, ਕਿਸਾਨ ਇਸ ਵੇਲੇ ਹਰਿਆਣਾ ਬਾਰਡਰਾਂ ਦੇ ਉੱਪਰ ਡਟੇ ਹੋਏ ਨੇ। ਖਨੌਰੀ ਦੇ ਵਿੱਚ ਕੱਲ੍ਹ ਜੋ ਕੁਝ ਵੀ ਹੋਇਆ, ਸ਼ੁਭਕਰਮਣ ਦੀ ਜਿਸ ਢੰਗ ਦੇ ਨਾਲ ਮੌਤ ਹੋਈ, ਉਹ ਮਸਲਾ ਹੁਣ ਹਾਈਕੋਰਟ ਦੀ ਦਲੀਲ 'ਤੇ ਜਾਂਦਾ ਹੋਇਆ ਨਜ਼ਰ ਆ ਰਿਹਾ। ਜਿਹੜੇ ਵਕੀਲ ਦੀ ਤਰਫੋਂ ਪਟੀਸ਼ਨ ਫਾਈਲ ਕੀਤੀ ਗਈ ਹੈ ਸਾਡੇ ਨਾਲ ਨੇ, ਗੱਲਬਾਤ ਕਰਦੇ ਨੇ। ਸਰ, ਜਿਹੜੀ ਤੁਸੀਂ ਪ੍ਰੇਅਰ ਕੀਤੀ ਹੈ ਹਾਈਕੋਰਟ ਨੂੰ, ਕੀ ਕੁਛ ਪ੍ਰੇਅਰ ਦੇ ਵਿੱਚ ਕਿਹਾ ਗਿਆ, ਇਸ ਦੇ ਬਾਰੇ ਥੋੜ੍ਹੀ ਜਾਣਕਾਰੀ? ਸਾਡੀ ਇਹ ਪ੍ਰੇਅਰ ਹੈ ਕਿ ਸਾਨੂੰ ਪੰਜਾਬ ਪੁਲਿਸ 'ਤੇ ਭਰੋਸਾ ਨਹੀਂ ਹੈ। ਇਸ ਮਰਡਰ ਦੀ ਜਾਂਚ ਜਿਹੜੀ ਹੈ ਰਿਟਾਇਰਡ ਹਾਈਕੋਰਟ ਜੱਜ ਉਹਨਾਂ ਦਾ ਕਮਿਸ਼ਨ ਕਰੇ, ਇਹਦੀ ਹਾਈਕੋਰਟ ਜੱਜ ਤੋਂ ਜਾਂਚ ਹੋ ਕੇ ਫਿਰ ਇਹਦੇ 'ਤੇ ਕਾਰਵਾਈ ਹੋਵੇ, ਸਾਡੀ ਪ੍ਰੇਅਰ ਹੈ। ਪਲੱਸ ਦੂਜੀ ਪ੍ਰੇਅਰ ਹੈ ਕਿ ਉਹ ਜਿਹੜੀ ਕਿਸਾਨਾਂ ਦੇ ਨਾਲ ਜਿਹੜਾ ਐਟਰੋਸਿਟੀਜ਼ ਹੋ ਰਹੀਆਂ ਨੇ, ਇਨਡਿਸਕ੍ਰਿਮੀਨੇਟ ਫਾਇਰਿੰਗ ਹੋ ਰਹੀ ਹੈ, ਸ਼ੈਲਿੰਗ ਹੋ ਰਹੀ ਹੈ, ਉਹਦੀ ਜਾਂਚ ਵੀ ਹਾਈਕੋਰਟ ਜੱਜ ਕਰੇ, ਰਿਟਾਇਰਡ ਹਾਈਕੋਰਟ ਜੱਜ। ਇਹ ਸਾਡੀ ਪ੍ਰੇਅਰ ਹੈ। ਸੈਕਿੰਡ ਪ੍ਰੇਅਰ ਹੈ ਕਿ ਹਰਿਆਣਾ ਨੂੰ ਡਾਇਰੈਕਸ਼ਨ ਦਿੱਤੀ ਜਾਵੇ ਕਿ ਕਿੰਨੇ ਰਾਊਂਡ ਉਹਨਾਂ ਨੇ ਫਾਇਰ ਕੀਤੇ ਨੇ ਐਮੂਨੀਸ਼ਨ ਦੇ, ਕਿੰਨੀ ਪੈਲਟ ਗਨ ਯੂਜ਼ ਹੋਈਆਂ ਨੇ, ਕਿੰਨੇ ਟੀਅਰ ਗੈਸ ਸ਼ੈਲ ਕੀਤੇ ਨੇ, ਉਹ ਸਾਰਾ ਡਾਟਾ ਵੀ ਹਾਈਕੋਰਟ 'ਚ ਪੇਸ਼ ਕੀਤਾ ਜਾਵੇ, ਤਾਂ ਕਿ ਇਹ ਸਰਟੇਨ ਕੀਤਾ ਜਾ ਸਕੇ ਵੀ ਕਿੰਨਾ ਕੁ ਉਹਨਾਂ ਨੇ ਜਾਇਜ਼ ਹੈ, ਕਿੰਨਾ ਕੁ ਨਾਜਾਇਜ਼ ਹੈ। ਇਸ ਤਰ੍ਹਾਂ ਦੀ ਕਈ ਪਟੀਸ਼ਨ ਪਹਿਲਾਂ ਵੀ ਹਾਈਕੋਰਟ ਦੇ ਵਿੱਚ ਫਾਈਲ ਹੋਈਆਂ ਨੇ, ਟੀਅਰਸ ਗੈਸ ਵਾਲੀ ਜਿਹੜੀ ਹੈ ਉਸ ਦੇ ਉੱਪਰ, ਅਤੇ ਅੱਜ ਸੁਣਵਾਈ ਵੀ ਰੱਖੀ ਹੋਈ ਸੀ ਹਾਈਕੋਰਟ ਦੀ ਤਰਫੋਂ। ਪਿਛਲੇ ਦਿਨਾਂ ਦੇ ਵਿੱਚ ਡਾਇਰੈਕਸ਼ਨ ਵੀ ਆਈਆਂ ਸੀ, ਇਹ ਤੱਕ ਕਹਿ ਦਿੱਤਾ ਗਿਆ ਸੀ ਕਿ ਕਿਸਾਨਾਂ ਨੂੰ ਅਧਿਕਾਰ ਹੈ ਲੋਕਤੰਤਰ ਦੇ ਤਹਿਤ ਕਿ ਉਹ ਪ੍ਰੋਟੈਸਟ ਕਰ ਸਕਦੇ ਨੇ, ਲੇਕਿਨ ਅਗਰ ਦਿੱਲੀ ਜਾਣਾ ਚਾਹੁੰਦੇ ਨੇ ਤਾਂ ਟਰੈਕਟਰ ਟਰਾਲੀਆਂ ਦੀ ਆਵਾਜਾਈ ਨਾ ਕਰਨ, ਪਬਲਿਕ ਟਰਾਂਸਪੋਰਟ ਜਿਹੜੀ ਹੈ ਉਸ ਦਾ ਇਸਤੇਮਾਲ ਕਰਨ, ਤਾਂ ਕਿ ਆਮ ਲੋਕ ਜਿਹੜੇ ਨੇ ਉਹ ਖੱਜਲ ਖਵਾਰ ਹੁੰਦੇ ਨਜ਼ਰ ਨਾ ਆਉਣ। ਪਹਿਲੀ ਗੱਲ ਤਾਂ ਇਹ ਹੈ, ਦੇਖੋ ਜਿਹੜੇ ਆਮ ਲੋਕ ਖੱਜਲ ਖਵਾਰ ਹੋਣ ਦੀ ਗੱਲ ਹੈ, ਹਜੇ ਤੱਕ ਤਾਂ ਕਿਸਾਨ ਪੰਜਾਬ ਬਾਰਡਰ 'ਚ ਪੰਜਾਬ ਦੇ ਅੰਦਰ ਬੈਠੇ ਨੇ, ਅਤੇ ਸੈਂਟਰ ਗਵਰਨਮੈਂਟ ਨੇ ਖੱਜਲ ਖਵਾਰ ਤਾਂ ਕੀਤਾ ਹੀ ਹੋਇਆ। ਹਰਿਆਣਾ ਸਰਕਾਰ ਨੇ, ਦਿੱਲੀ ਸਰਕਾਰ, ਦਿੱਲੀ ਸੈਂਟਰ ਗਵਰਨਮੈਂਟ ਨੇ ਜਗ੍ਹਾ ਜਗ੍ਹਾ ਬੈਰੀਕੇਡਿੰਗ ਕੀਤੀ ਹੋਈ ਹੈ। ਉਹ ਬਲੋਕੇਜ ਕਿਸਾਨਾਂ ਨੇ ਨਹੀਂ ਕੀਤਾ, ਬਲੋਕੇਜ ਤਾਂ ਕੀਤਾ ਹੈ ਜਿਹੜਾ ਉਹ ਬੀਜੇਪੀ ਸਰਕਾਰ ਨੇ ਕੀਤਾ ਹੋਇਆ ਹੈ, ਨੰਬਰ ਇੱਕ। ਨੰਬਰ ਦੋ, ਜਿਹੜੀ ਟਰੈਕਟਰ ਦੀ ਗੱਲ ਹੈ, ਉਸੇ ਚੀਜ਼ ਨੂੰ ਅਸੀਂ ਆਪਣੀ ਪਟੀਸ਼ਨ 'ਚ ਹਾਈਲਾਈਟ ਕੀਤਾ ਹੈ। ਅਸੀਂ ਕਈ ਮੁਲਕਾਂ ਦਾ ਐਗਜ਼ਾਮਪਲ ਦਿੱਤਾ ਹੈ, ਯੂਰੋਪੀਅਨ ਕੰਟਰੀਜ਼ ਦਾ, ਜਿੱਥੇ ਕਿਸਾਨ ਪ੍ਰੋਟੈਸਟ ਕਰ ਰਹੇ ਨੇ ਸੇਮ ਡਿਮਾਂਡ ਨੂੰ ਲੈ ਕੇ, ਉਹਦੇ ਵਿੱਚ ਅਸੀਂ ਦਿਖਾਇਆ ਹੈ ਕਿ ਕਿਸ ਤਰ੍ਹਾਂ ਕਿਸਾਨ ਆਪਣੇ ਟਰੈਕਟਰ ਦੇ ਨਾਲ ਉਹਨੂੰ ਯੂਜ਼ ਕਰ ਰਹੇ ਨੇ। ਸਾਡਾ ਕਹਿਣਾ ਹੈ ਕਿ ਟਰੈਕਟਰ ਕਿਸਾਨ ਦਾ ਦੂਜਾ ਪੁੱਤ ਹੈ, ਅਤੇ ਜੇ ਬੰਦਾ ਆਪਣੇ ਪੁੱਤ ਨੂੰ ਨਹੀਂ ਨਾਲ ਲੈ ਕੇ ਜਾਏਗਾ ਪ੍ਰੋਟੈਸਟ 'ਤੇ, ਫਿਰ ਕਿਹਨੂੰ ਲੈ ਕੇ ਜਾਏਗਾ? ਅਸੀਂ ਇਸ ਗੱਲ ਨੂੰ ਕਿਹਾ। ਅਤੇ ਸੈਕਿੰਡਲੀ ਜਿਹੜਾ ਹੈ, ਮੋਟਰ ਵਹੀਕਲ ਐਕਟ ਦਾ ਉਹ ਬਾਨਾ ਮਾਰਦੇ ਹੈ। ਬੇਸਿਕਲੀ ਕੀ ਹੈ ਕਿ ਟਰੈਕਟਰ ਜਿਹੜਾ ਹੈ ਉਹ ਤੁਸੀਂ ਪੈਸੰਜਰ ਕੈਰੀ ਨਹੀਂ ਕਰ ਸਕਦੇ, ਸੋ ਬੇਸਿਕਲੀ ਇਟਸ ਅ ਵਾਇਲੇਸ਼ਨ ਆਫ ਮੋਟਰ ਵਹੀਕਲ ਐਕਟ। ਉਸ 'ਤੇ ਮੇਰਾ ਕਹਿਣਾ ਇਹ ਹੈ ਕਿ ਜਿਹੜੀ ਮੋਟਰ ਵਹੀਕਲ ਐਕਟ ਦੀ ਵਾਇਲੇਸ਼ਨ ਹੈ ਉਹ ਤਾਂ ਚਲਾਨ ਹੋ ਸਕਦਾ ਹੈ, ਪਰ ਜਿਹੜਾ ਤੁਸੀਂ ਹਾਈਵੇ ਬਲੋਕ ਕੀਤਾ, ਇਟਸ ਐਨ ਓਫੈਂਸ, ਸੈਕਸ਼ਨ 8 ਨੈਸ਼ਨਲ ਹਾਈਵੇ ਐਕਟ ਦੇ ਅੰਡਰ ਓਫੈਂਸ ਹੈ ਹਾਈਵੇ ਬਲੋਕ ਕਰਨਾ। ਫਿਰ ਸਾਨੂੰ ਕਹਿਣ ਤੋਂ ਪਹਿਲਾਂ ਜਿਨ੍ਹਾਂ ਨੇ ਹਾਈਵੇ ਬਲੋਕ ਕੀਤਾ ਹੈ ਉਹਨਾਂ 'ਤੇ ਪਰਚਾ ਦਰਜ ਹੋਣਾ ਚਾਹੀਦਾ ਹੈ ਕਿ ਤੁਸੀਂ ਕਿਉਂ ਹਾਈਵੇ ਬਲੋਕ ਕੀਤਾ ਹੈ। ਤੁਸੀਂ ਸ਼ੁਭਕਰਮਣ ਦੇ ਪਰਿਵਾਰ ਨੂੰ ਮਿਲੇ ਹੋ ਜਾਂ PIL ਲਈ ਫਾਈਲ ਕੀਤੀ ਹੈ? ਨਹੀਂ, ਮੈਂ ਹਜੇ ਪਰਿਵਾਰ ਨੂੰ ਨਹੀਂ ਮਿਲ ਪਾਇਆ, ਕਿਉਂਕਿ ਕੱਲ੍ਹ ਇੰਸੀਡੈਂਟ ਹੋਇਆ, ਮੈਂ ਸੌ ਨਹੀਂ ਪਾਇਆ ਰਾਤ ਨੂੰ, ਅਤੇ ਫਿਰ ਮੈਨੂੰ ਲੱਗਿਆ ਕਿ ਸਾਨੂੰ ਕੁਛ ਨਾ ਕੁਛ ਕਰਨਾ ਚਾਹੀਦਾ, ਇਸ ਕਰਕੇ ਮੈਂ ਇਮੀਡੀਏਟਲੀ ਕੱਲ੍ਹ ਰਾਤ ਨੂੰ ਐਪਲੀਕੇਸ਼ਨ ਤਿਆਰ ਕੀਤੀ, ਅੱਜ ਸਵੇਰੇ ਫਾਈਲ ਕੀਤੀ। ਰਜਿਸਟਰੀ ਦੇ ਵਿੱਚ ਹੈ? ਰਜਿਸਟਰੀ 'ਚ ਹੈ। ਰਜਿਸਟਰੀ ਕਦੋਂ ਤੱਕ ਕਿਸ 'ਤੇ ਸੁਣਵਾਈ ਹੋ ਸਕਦੀ? ਇਹ 29 ਤਰੀਕ ਨੂੰ ਮੇਨ ਕੇਸ ਲੱਗਿਆ ਜੀ, ਸਾਰੇ ਕੇਸ ਉਸੇ ਦਿਨ ਸੁਣਵਾਈ ਹੋਏਗੀ। ਬਿਲਕੁਲ, ਦੇਖੋ ਸਿੱਧੇ ਤੌਰ 'ਤੇ ਸ਼ੁਭਕਰਮਣ ਦੀ ਮੌਤ ਦਾ ਮਸਲਾ ਜਿਹੜਾ ਹਾਈਕੋਰਟ ਦੀ ਦਲੀਲ 'ਚ ਪਹੁੰਚਦਾ ਨਜ਼ਰ ਆਇਆ, ਕਿਉਂਕਿ ਇਸ ਨੂੰ ਲੈ ਕੇ ਇੱਕ ਪਟੀਸ਼ਨ ਫਾਈਲ ਹੋਈ ਹੈ। 29 ਤਰੀਕ ਨੂੰ ਕਿਹਾ ਜਾ ਰਿਹਾ ਕਿ ਇਸ ਦੇ ਉੱਪਰ ਵੀ ਸੁਣਵਾਈ ਹੁੰਦੀ ਹੋਈ ਨਜ਼ਰ ਆਏਗੀ। ਹਾਲਾਂਕਿ ਵੇਖਣ ਵਾਲੀ ਗੱਲ ਰਹੇਗੀ ਕਿ ਕਿਸ ਢੰਗ ਦੇ ਨਾਲ ਸ਼ੁਭਕਰਮਣ ਦੀ ਮੌਤ ਹੋਈ, ਕਿਉਂਕਿ ਜਿਸ ਢੰਗ ਦੇ ਨਾਲ ਤਸਵੀਰਾਂ ਸਾਹਮਣੇ ਆਈਆਂ ਕਿ ਸਿਰ ਦੇ ਵਿੱਚ ਸ਼ੁਭਕਰਮਣ ਦੇ ਗੋਲੀ ਲੱਗੀ ਸੀ, ਔਰ ਕਿਸਾਨ ਆਗੂ ਕਹਿੰਦੇ ਹੋਏ ਨਜ਼ਰ ਆਏ ਕਿ ਪੁਲਿਸ ਦੀ ਤਰਫੋਂ ਗੋਲੀਆਂ ਚਲਾਈਆਂ ਗਈਆਂ। ਹਾਲਾਂਕਿ ਪੋਸਟਮਾਰਟਮ ਰਿਪੋਰਟ ਆਉਣੀ ਹਜੇ ਬਾਕੀ ਹੈ, ਲੇਕਿਨ ਵੇਖਣ ਵਾਲੀ ਗੱਲ ਰਹੇਗੀ ਕਿ ਇਸ ਪੂਰੇ ਮਸਲੇ ਨੂੰ ਲੈ ਕੇ ਹਾਈਕੋਰਟ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਸੰਗਿਆਨ ਲੈਂਦਾ ਹੋਇਆ ਨਜ਼ਰ ਆਊਗਾ। ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ, ਦੈਨਿਕ ਸਵੇਰਾ ਟੀਵੀ, ਚੰਡੀਗੜ੍ਹ।